ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਕਿਤੇ ਵੀ ਜਾਂਦੇ ਹਾਂ ਸ਼ੋਪਿੰਗ ਕਰਨ ਨੂੰ ਤਿਆਰ ਰਹੀਦਾ ਗਾ ਤੇ ਮਾਸੀ ਕੋਲ ਆਏ ਸੀ ਮਾਸੀ ਜੀ ਵੀ ਕਹਿੰਦੇ ਵੀ ਤੂੰ ਹੀ ਚਲੀ ਜਾ ਮਾਸੜ ਜੀ ਨਾਲ ਤੇ ਆਪਾਂ ਵਾਸ਼ਿੰਗ ਮਸ਼ੀਨ ਲੈ ਕੇ ਆਉਣੀ ਹੈਗੀ ਫੁੱਲੀ ਆਟੋਮੈਟਿਕ ਤੇ ਮਾਸੜ ਜੀ ਨਾਲ ਮੈਂ ਚੱਲਦੀ ਹਾਂ ਮਾਰਕੀਟ ਸਲਾਹ ਵੀ ਬਣੀ ਫਿਰ ਉਹ ਵੀ ਦੇਖ ਲਿਓ ਜੇ ਠੀਕ ਲੱਗਿਆ ਉਹ ਵੀ ਲੈ ਆਇਓ ਇੱਕ ਮਾਸੀ ਜੀ ਨੇ ਗੀਜ਼ਰ ਦੀ ਪਾਈ ਆ ਫਰਮੈਸ਼ ਉਹ ਦੇਖਦੇ ਹਾਂ ਜਾ ਕੇ ਜੇ ਠੀਕ ਲੱਗੂਗਾ ਉਹ ਵੀ ਲੈ ਆਵਾਂਗੇ ਮੈਨੂੰ ਐਵੇਂ ਸੀਗਾ ਬੁਲਟ ਤੇ ਜਾਵਾਂਗੇ ਪਰ ਮਾਸੜ ਜੀ ਨੇ ਸਕੂਟੀ ਸਾਫ ਕਰ ਲਈ ਪਰ ਨਹੀਂ ਹੁਣ ਬੁਲਟ ਤੇ ਹੀ ਜਾਵਾਂਗੇ ਮਾੜੀ ਹੋ ਜਲਦੀ ਸੀਗੀ ਬੁਲਟ ਤੇ ਹੀ ਲੈ ਕੇ ਜਾਊਂ ਮਾਸੜ ਜੀ ਨੇ ਕਰ ਲਿਆ ਬੁਲਟ ਸਾਫ ਮਾਸੜ ਦੀ ਅੱਜ ਜੇਬ ਢਿੱਲੀ ਹੋਣ ਜਾ ਰਹੀ ਆ ਤਾਂ ਹੀ ਮਾਸੜ ਜੀ ਕਹਿੰਦੇ ਸਕੂਟੀ ਲੈ ਜਾਂਦੇ ਆ ਵੀ ਮਾਸਟਰ ਜੀ ਕੋਸ਼ਿਸ਼ ਕਰਦੇ ਆ ਵੀ ਜੇ ਮਸ਼ੀਨ ਇਹਦੇ ਤੇ ਆ ਜਾਵੇ ਉਹ 100 ਰੁਪਿਆ ਬਚ ਜਾਊਗਾ ਜੇ ਵੀ ਢਿੱਲੀ ਆਉਂਗੀ ਅੱਜ ਮਾਸਟਰ ਜੀ ਆਪਾਂ ਪਹੁੰਚ ਗਏ ਸੀਗੇ ਤੇ ਦੇਖ ਰਹੇ ਸੀਗੇ ਟਾਪ ਲੋਡਡ ਵਾਸ਼ਿੰਗ ਮਸ਼ੀਨ ਤੇ ਉਧਰ ਇੱਕ ਕੱਢ ਕੇ ਰੱਖੀ ਉਹ ਵਾਲੀ ਆਪਾਂ ਨੂੰ ਪਸੰਦ ਆਈ ਹੈਗੀ ਕਿਉਂਕਿ ਫੈਮਿਲੀ ਮੈਂਬਰਸ ਦੇ ਅਕੋਰਡਿੰਗ 7 ਕੇਜੀ ਵਾਲੀ ਠੀਕ ਆ ਆਪਾਂ ਨੂੰ ਸਰ ਜਾਣਾ ਤੇ ਆਪਾਂ ਸ਼ੋਪਿੰਗ ਕਰਿਆ ਏ ਵਾਸ਼ਿੰਗ ਮਸ਼ੀਨ ਬੁੱਕ ਕਰਿਆ ਆਂਦੀ ਹੁਣ ਘਰੇ ਆਊਗੀ ਮਾਸੀ ਜੀ ਵਧਾਈਆਂ ਸਾਨੂੰ ਤਾਂ ਹੈਗੀ ਆ ਅਸੀਂ ਵਾਸ਼ਿੰਗ ਮਸ਼ੀਨ ਖਰੀਦ ਕੇ ਲੈ ਕੇ ਆਏ ਸੀਗੇ ਆਈਆਂ ਫਿਰ ਆਪਣੀ ਵਾਸ਼ਿੰਗ ਮਸ਼ੀਨ ਆ ਗਈ ਜੀ ਘਰੇ ਸਵੇਰੇ ਆਰਡਰ ਦੇ ਆਏ ਸੀ ਫਿਰ ਘਰੇ ਪਹੁੰਚਦੀ ਕਰਤੀ ਹੁਣ ਟਾਈਮ ਆ ਗਿਆ ਮਸ਼ੀਨ ਦੀ ਇੰਸਟਾਲਮੈਂਟ ਦਾ ਤੇ ਡੈਮੋ ਦੇਣ ਲਈ ਵੀਰ ਆ ਗਿਆ ਇੱਥੇ ਆਪਾਂ ਇੰਸਟਾਲ ਕਰਾਉਣੀ ਆ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ ਤੇ ਆ ਮਸ਼ੀਨ ਰੱਖਣ ਲਈ ਹੈਗਾ ਸਟੈਂਡ ਤੇ ਆਪਾਂ ਦੇਖਦੇ ਹਾਂ ਜੀ ਵਧੀਆ ਲੱਗਿਆ ਤਾਂ ਆਪਾਂ ਰੱਖਾਂਗੇ ਇਹਨੂੰ ਮਾਸੀ ਜੀ ਚੈਕਿੰਗ ਕਰਨਗੇ ਇਹਦੀ ਦੇਖ ਲਓ ਚੱਕ ਗਏ ਜੀ ਦੇਖਣ ਨੂੰ ਤਾਂ ਠੀਕ ਲੱਗ ਰਿਹਾ ਪਲਾਸਟਿਕ ਦਾ ਨਹੀਂ ਹੈਗਾ ਇਹਨੂੰ ਤਾਂ ਨਹੀਂ ਲੱਗਦੀ ਇਹਨੂੰ ਤਾਂ ਨਹੀਂ ਚੰਗਾ ਲੱਗਦੀ ਮਾਸੜ ਜੀ ਤੇ ਫਾਈਨਲ ਲੁੱਕ ਮਸ਼ੀਨ ਦੀ ਪਾਈਪ ਪੂਈਪ ਜੜਤੀ ਵੀਰੇ ਨੇ ਬਸ ਇਹਨੂੰ ਇੰਸਟਾਲ ਕਰਨੀ ਆ ਹਾਂਜੀ ਬਸ ਉੱਥੇ ਹੀ ਸੈੱਟ ਕਰ ਜਾਣਗੇ ਬਾਅਦ 'ਚ ਤਾਂ ਕੱਪੜੇ ਧੋਣ ਦਾ ਕੰਮ ਹੀ ਰਹਿ ਜਾਊਗਾ ਇਕੱਲਾ ਜੇ ਟੂਟੀ ਵਗੈਰਾ ਤੇ ਪਾਈਪ ਸੈੱਟ ਆ ਗਈ ਤਾਂ ਚੱਲ ਪਊਗੀ ਅੱਜ ਨਹੀਂ ਤਾਂ ਵੇਟ ਕਰਨੀ ਪਊਗੀ ਦੇਖਦੇ ਹਾਂ ਆ ਜਾਊਗੀ ਤਾਰ ਦਾ ਹੈਗਾ ਮੈਨੂੰ ਥੋੜਾ ਜਿਹਾ ਖਤਰਾ ਪਲਾਸਟਿਕ ਦਾ ਫੇਰ ਟੁੱਟ ਜਾਂਦਾ ਨਹੀਂ ਵੈਸੇ ਮੈਨੂੰ ਖਤਰਾ ਜਿਹਾ ਸੀਗਾ ਵੀ ਤਾਰ ਜਾਂ ਫਿਰ ਪਾਈਪ ਸੈੱਟ ਨਹੀਂ ਆਉਣੀ ਪਰ ਰੱਬ ਦੀ ਕਿਰਪਾ ਨਾਲ ਆ ਹੀ ਗਈ ਮੈਂ ਤਾਂ ਕੱਲ੍ਹ ਸਿੰਕ ਪਟਾ ਦੇਣਾ ਸੀ ਨੁਕਸਾਨ ਵਧੀਆ ਆ ਗਈ ਸੈੱਟ ਆ ਗਈ ਤੇ ਡੈਮੋ ਵਾਲਾ ਵੀਰਾ ਜੀ ਡੈਮੋ ਦੇ ਕੇ ਚਲੇ ਗਿਆ ਤੇ ਹੁਣ ਆਪਾਂ ਡੈਮੋ ਦਿੰਦੇ ਹਾਂ ਆਪਣੇ ਵੱਲੋਂ ਮਾਸੀ ਜੀ ਨੂੰ ਸਿਖਾਉਣੇ ਹੈਗੇ ਤੇ ਕੁਛ ਵੀ ਨਹੀਂ ਹੈਗਾ ਨੋਰਮਲ ਕੰਮ ਹੈਗਾ ਪਾਵਰ ਆ ਸਟਾਰਟ ਬਟਨ ਹੈਗਾ ਨੋਰਮਲ ਤੇ ਆਪਾਂ ਇਹਨੂੰ ਚਲਾ ਲੈਣਾ ਤੇ ਇਸ ਤੋਂ ਇਲਾਵਾ ਇੱਥੇ ਆਪਾਂ ਨੇ ਸਰਫ ਪਾਉਣੀ ਹੈਗੀ ਤੇ ਇਹਨੂੰ ਆਨ ਕਰ ਦੇਣਾ ਬਸ ਪ੍ਰੋਸੈਸ ਸ਼ੁਰੂ ਹੋ ਗਿਆ ਪਹਿਲਾਂ ਸਰਫ ਲੈ ਰਿਹਾ ਵੈਸੇ ਤੁਸੀਂ ਮਤਲਬ ਸੁੱਕੇ ਵਾਲਾ ਸਰਫ ਵੀ ਪਾ ਸਕਦੇ ਹੋ ਪਰ ਜੇ ਲਿਕੁਇਡ ਪਾਉਣੇ ਆ ਤਾਂ ਉਹ ਕਹਿੰਦੇ ਇਹਦੀ ਲਾਈਫ ਵੱਧ ਜਾਂਦੀ ਹੈ ਖਰਾਬ ਨਹੀਂ ਹੁੰਦਾ ਤੇ ਇੱਧਰ ਮਾਸੀ ਜੀ ਸਕੀਮ ਪਾ ਰਹੇ ਆ ਪਾਈਪ ਜੋੜ ਕੇ ਬਿਲਕੁਲ ਪੈਗੀ ਪਾਈਪ ਜੋੜਦੀ ਪਾਣੀ ਅੱਗੇ ਚਲਿਆ ਜਾਊਗਾ ਇੱਥੋਂ ਹੁਣ ਸੁੱਕਾ ਰਿਹਾ ਕਰੂਗਾ 40 ਮਿੰਟ ਲੱਗ ਗਈ ਹੈ ਹਾਂਜੀ ਠੀਕ ਹੈ ਇਹ ਨਾਰਮਲ ਹੈ ਕਿ
हां जी क्विक वॉश से भी ला सकते हैं। बस अपन तो ही बहुत अपने कड़े ने गंदे नहीं जे घट मैल है तो जमे क्विक वॉश से भी धोते जाने 30 मिनट दे इतना तो चाहिए दा मैल नहीं कटनी ए तो है ना आप चंदूगी हो पानी पूरा ले पहला पानी ले रखी है जी गंदी होगी टब क्लीन दी ऑप्शन है। चलो भी मासी जी पाउन लगे ने कपड़े ते हुण आपां मासी नूं सिखाउणे आ पावर बटन तो हाँ ला दो पहला और की ते अच्छा पावर पहला नॉर्मल ते ले जाने आ हुण स्टार्ट करो बस 47 मिनट ते चलूगा ये। चलो भी अपनी मशीन रुक गई कपड़े गए धोते ते आपां इन्हां नूं कढ दिंने आ ते उदों बाद च नैक्सट पोर पाउणे आगे बधाइयां मासर जी कहने खड़ी धोते गए मासर जी ने सारा प्रोसेस कोल खड़ के देखा मासर जी कुछ कहना चाहोगे नहीं वधिया लगे काम पानी की बर्बादी पानी ज्यादा किन्नी बारी लिया दो बार इन्ने ज्यादा कपड़े गंदे नहीं है अपने आपने गीजर की प्लानिंग की गल फुगा दी लै आए मास्टर जी गीजर भी ते अज हैगा दूजा दिन मशीन दा ते आपा मासी जी नूं पुछदे आं वी की कहना चाहोगे सारियां बीबियां भैणां नूं बाकी तां जी इह बहुत वधिया हां जी इक पाणी दा खर्चा बहुत ज्यादा है ते इक सर्फ वार वार पाउणा पैंदा ऊं वधिया वी दूजी मशीन चों तां आपां उधरों कढ के उधर सिटदे आं इह च आपां नूं सारा कुछ हो के आपां ने बस सुकणे ही पाउणे ने पानी का खर्चा मासी जी एवं भी जो दूजू कपड़े धोने तो दो तीन थाई फिर झलने भी पैंदे उदो भी ज्यादा ही हो जाता है ये गल मनी जा सकती है ये भी पॉइंट है वैसे बंदा अपने कपड़े पाके आराम नाल सारे काम कर सकदा सर्फ का खर्चा मासी जी ता कह दे ने पहला वाली च धो के एक बार कपड़े द्वारा उसे सर्फ च होर पा देंदे हुंदे सीगे लाओ अपने दूजे सारे काम करो जॉब वाले लई तो सब तो ज्यादा वधिया काम।